ਸਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਭਲੀ ਪ੍ਰਕਾਰ ਜਾਣੂ ਹੋ ਕਿ 11 ਅਪ੍ਰੈਲ ਕਿਹੜਾ ਦਿਹਾੜਾ ਹੈ। ਉਹ ਪਾਵਨ ਪਵਿੱਤਰ ਦਿਹਾੜਾ ਹੈ। ਹਿੰਦ ਦੀ ਚਾਦਰ, ਧਰਮ ਦੀ ਚਾਦਰ, ਤੇਗ ਬਹਾਦਰ ਸਿਮਰੀਏ ਕਰ ਨੋਨੀ ਤੇ ਆਵੇ ਧਾਏ ਸਭ ਥਾਈ ਹੋਏ ਸਹਾਏ। ਐਸੀ ਬਰਕਤਾਂ ਦੇ ਮਾਲਕ, ਐਸੇ ਦੀਨ ਦਿਆਲ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਹੈ, ਜੋ ਕਿ ਕੱਲ ਸਾਂਝਾ ਵੇਲੇ 3 ਵਜੇ ਤੋਂ ਲੈ ਕੇ ਰਾਤ 12:30 ਵਜੇ ਤੱਕ ਬਹੁਤ ਚਾਹ ਤੇ ਉਮਾ ਨਾਲ ਮਨਾਇਆ ਜਾ ਰਿਹਾ ਹੈ। ਐਸੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਬਹੁਤ ਵੱਡੇ ਸੁੰਦਰੀਕਰਨ ਦੇ ਕਾਰਜ ਚੱਲ ਰਹੇ ਸੀ। ਉਹ ਜਿਹਾ ਕਾਰਜ ਹੈ ਸੰਗਤਾਂ ਪਿਆਰ ਵਾਲੀ ਸੰਗਤਾਂ ਦਾ ਇਹ ਹਾਰਦਿਕ ਇੱਛਾ ਸੀ ਔਰ ਬਾਬਾ ਬਚਨ ਸਿੰਘ ਜੀ ਅਤੇ ਉਹਨਾਂ ਦੀ ਪੂਰੀ ਟੀਮ ਦੀ ਵੀ ਹਾਰਦਿਕ ਇੱਛਾ ਸੀ ਕਿ ਐਸੇ ਦੀਨ ਦਿਆਲ ਸਤਿਗੁਰ ਸੱਚੇ ਪਾਤਸ਼ਾਹ ਦਾ ਜਦੋਂ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਆਏ ਤਾਂ ਉਹਨਾਂ ਦੇ ਮੁੱਖ ਦੁਆਰ ਸੋਨੇ ਦੇ ਹੋਣੇ ਚਾਹੀਦੇ ਹਨ। ਅਤੇ ਉਸ ਨੂੰ ਮੁੱਖ ਰੱਖਦੇ ਹੋਏ ਅੱਜ ਬਾਬਾ ਬਚਨ ਸਿੰਘ ਜੀ ਪਾਸੋਂ ਸੰਗਤਾਂ ਦੇ ਸਹਿਯੋਗ ਨਾਲ ਇਹ ਸੋਨੇ ਦੇ ਮੇਨ ਗੇਟ ਮੁੱਖ ਦੁਆਰ ਬਣਾਏ ਗਏ ਹਨ, ਜੋ ਆਪ ਜੀ ਵੀਡੀਓ ਰਾਹੀਂ ਵੇਖ ਰਹੇ ਹਨ। ਅਤੇ ਕੱਲ੍ਹ ਜਦੋਂ 12:30 ਵਜੇ ਅੱਜ ਰਾਤੀ ਪ੍ਰਕਾਸ਼ ਜਾਲ ਆਰੰਭ ਹੋਏਗਾ, ਕਿ ਜਿਹੜੀ ਸੰਗਤਾਂ ਦੀ ਹਾਰਦਿਕ ਇੱਛਾ ਸੀ ਉਹ ਮੁੱਖ ਦੁਆਰ ਗੁਰਦੁਆਰਾ ਸੀਸਗੰਜ ਸਾਹਿਬ ਜੀ ਦਾ ਸੋਨੇ ਦੇ ਗੇਟ ਲੱਗੇ ਪਾਣਗੇ। ਕਿਉਂ? ਐਸਾ ਦੀਨ ਦਿਆਲ ਸਤਿਗੁਰ ਸੱਚੇ ਪਾਤਸ਼ਾਹ ਹੈ ਜਿਨ੍ਹਾਂ ਦੇ ਨਮਨ ਕਰਦੇ ਹੋਏ 9 ਨਿਧੀਆਂ 18 ਸਿੱਧੀਆਂ ਉਹਨਾਂ ਦੇ ਪਿੱਛੇ ਲੱਗਦੀ ਫਿਰਦੀਆਂ ਹਨ, ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਰਧਾ ਕਰ ਨਮਨ ਕਰਦਾ ਹੈ। ਅਤੇ ਆਪ ਸਾਰਿਆਂ ਨੂੰ ਕੱਲ੍ਹ ਦੇ ਦਿਹਾੜਿਆਂ ਦੀ ਲੱਖ ਲੱਖ ਵਧਾਈ। ਅਤੇ ਆਪ ਜੀ ਪਾਤ ਸਤਿਕਾਰ ਸਹਿਤ ਬੇਨਤੀ ਹੈ, ਆਪ ਜੀ ਆਓ, ਪਰਿਵਾਰਾਂ ਸਮੇਤ ਆਓ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਿਆਰੀ ਮਿੱਠੀ ਨਿੱਕੀ ਗੋਦ 'ਚ ਬਹਿ ਕੇ ਹਰ ਜਤ ਸਰਵਣ ਕਰਕੇ ਦਿਓ ਵਧਾਈਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।